ਜਿਵੇਂ ਕਿ ਪਿੰਡ ਕਲਾਲ ਮਾਜਰੇ ਦੇ ਵਿੱਚ ਤੀਆਂ ਦਾ ਤਿਉਹਾਰ, ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਵੱਲੋਂ। ਔਰ ਇੱਥੇ ਮੌਜੂਦ ਹੈ ਬਾਬਾ ਬੋੜ ਬਰੋਟਾ ਸਿੰਘ ਦੇ ਪਿੰਗਾਂ ਝੂਟਦੀਆਂ ਉਹ ਅੱਲੜ ਮੁਟਿਆਰਾਂ, ਉਹ ਬੱਚੀਆਂ, ਤਮਾਮ ਪਰਿਵਾਰ ਇੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਔਰ ਸਾਡੇ ਨਾਲ ਮੌਜੂਦ ਨੇ ਸਾਡੇ ਸਤਿਕਾਰਯੋਗ ਗੁਰਜੀਤ ਕੌਰ ਮੈਡਮ ਜੀ। ਮੇਲੇ ਬਾਰੇ ਜੀ ਬਹੁਤ ਹੀ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ। ਮੈਂ ਵੀ ਪਿੰਡ ਦੀ ਇੱਕ ਜੰਮੀ ਜਾਈ ਹਾਂ, ਮੈਂ ਟੌੜੇ ਪਿੰਡ ਤੋਂ ਬਿਲੋਂਗ ਕਰਦੀ ਹਾਂ, ਬਟ ਮੈਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਖੰਨੇ ਸ਼ਹਿਰ ਦੇ ਨੇੜੇ ਕਲਾਲ ਮਾਜਰੇ ਦੇ ਤੀਆਂ ਲੱਗੀਆਂ ਨੇ ਤਾਂ ਮੇਰਾ ਤਾਂ ਚਾਅ ਹੀ ਨਹੀਂ ਚੱਕਿਆ ਗਿਆ। ਮੈਂ ਤਾਂ ਸਵੇਰੇ ਉੱਠੀ ਅਤੇ ਸਭ ਤੋਂ ਪਹਿਲਾਂ ਮੈਂ ਤਿਆਰ ਹੋ ਕੇ ਫਟਾਫਟ ਇਸ ਮੇਲੇ ਵਿੱਚ ਸ਼ਾਮਿਲ ਹੋਈ। ਇੱਥੇ ਆ ਕੇ ਜੋ ਆਨੰਦ ਮੈਂ ਮਾਣਿਆ ਉਹ ਮੈਂ ਕਦੇ ਜ਼ਿੰਦਗੀ 'ਚ ਭੁੱਲ ਹੀ ਨਹੀਂ ਸਕਦੀ। ਬਹੁਤ ਹੀ ਵਧੀਆ ਸਤਿਕਾਰ ਦਿੱਤਾ ਪਿੰਡ ਵਾਸੀਆਂ ਨੇ, ਬਹੁਤ ਹੀ ਭੈਣਾਂ ਵਧੀਆ ਲੱਗੀਆਂ, ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਸੋ ਸਾਰੀਆਂ ਭੈਣਾਂ ਨੂੰ ਮੈਂ ਫਿਰ ਬਹੁਤ ਬਹੁਤ ਇਸ ਵਧਾਈ ਦੀ ਪਾਤਰ ਹਾਂ। ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰੇ ਪਿੰਡ ਨੂੰ ਇਕੱਠੇ ਕਰਕੇ ਇੰਨਾ ਵਧੀਆ ਉਪਰਾਲਾ ਕੀਤਾ ਹੈ। ਅਤੇ ਅਸੀਂ ਕਹਿੰਦੇ ਹਾਂ ਵੀ ਹਰ ਸਾਲ ਇੱਕ ਨਾ ਹੀ ਪ੍ਰੋਗਰਾਮ ਲੱਗਦੇ ਰਹਿਣ, ਸੋਹਣੀਆਂ ਤੀਆਂ ਸੋਹਣੀਆਂ ਮੁਟਿਆਰਾਂ ਸੱਜਦੀਆਂ ਰਹਿਣ, ਸਾਡੇ ਪੰਜਾਬ ਦਾ ਨਾਂ ਉੱਚਾ ਹੋਵੇ ਅਤੇ ਸਾਨੂੰ ਵੀ ਮਾਣ ਹੈ ਇਸ ਗੱਲ 'ਤੇ। ਧੰਨਵਾਦ ਜੀ। ਆਏ ਸਾਲ ਤੀਆਂ ਦੀ ਰੌਣਕ ਇਸੇ ਤਰ੍ਹਾਂ ਹੀ ਬਣੀ ਰਹੇ, ਇਸੇ ਤਰ੍ਹਾਂ ਹੀ ਰੌਣਕ ਮੇਲੇ ਸਾਨੂੰ ਦੇਖਣ ਨੂੰ ਮਿਲਦੇ ਰਹਿਣ, ਅਸੀਂ ਆਪਣੇ ਪੰਜਾਬੀ ਪਹਿਰਾਵੇ ਨੂੰ ਕਦੇ ਨਾ ਭੁੱਲ ਸਕੀਏ। ਵਿਰਸਾ ਪੰਜਾਬ ਦਾ ਇਹ ਬਾਬਲ ਮੇਰਾ ਤੇ ਵੀਰੇ ਪੰਜ ਦਰਿਆ, ਇਹ ਤਾਣਾ ਬਾਣਾ ਮੇਰੀ ਆਪ ਰੂਪ ਲੋਕੋ ਇੱਜ਼ਤ ਮੇਰਾ ਨਾਂ, ਮੈਨੂੰ ਕਹਿੰਦੇ ਕੁੜੀ ਦੇਸ ਪੰਜਾਬ ਦੀ ਵੇ ਬਿੱਟੂ ਤਾਂ ਹੀ ਇੱਜ਼ਤ ਮੇਰਾ ਨਾਂ, ਵੇ ਖੰਨੇ ਵਾਰਿਆ ਤਾਂ ਹੀ ਇੱਜ਼ਤ ਮੇਰਾ। ਸਾਰਿਆਂ ਨੂੰ ਇੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਫੀਲਡ ਹਾਂਜੀ ਬਿਲਕੁਲ ਹੈ ਜੀ, ਸਾਡੇ ਸਾਰੇ ਜਿਨ੍ਹਾਂ ਨੇ ਔਰਗਨਾਈਜ਼ ਕੀਤਾ ਹੈ ਜੀ, ਅਤੇ ਤੁਹਾਡਾ ਵੀ ਸਪੈਸ਼ਲ, ਤੁਸੀਂ ਸਾਡੇ ਨਾਲ ਹਮੇਸ਼ਾ ਕਵਰੇਜ ਕਰਦੇ ਹੋ, ਮੈਸੇਜ ਦਿੰਦੇ ਹੋ, ਸਾਰਿਆਂ ਦਾ ਥੈਂਕ ਯੂ, ਸਭ ਨੂੰ ਵਧਾਈਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤਮਾਮ ਮੀਡੀਆ ਪਹੁੰਚਿਆ ਹੋਇਆ, ਪ੍ਰਿੰਟ ਮੀਡੀਆ, ਵੈੱਬ ਮੀਡੀਆ, ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਵੱਲੋਂ ਅਮਲੋ ਰੋਡ ਖੰਨਾ ਹਰ ਸਾਲ ਦੀ ਤਰ੍ਹਾਂ ਵਧੀਆ ਵਧੀਆ ਪ੍ਰੋਗਰਾਮ ਉਲੀਕੇ ਜਾਂਦੇ ਨੇ। ਪੰਜਾਬ ਦਾ ਲੋਕ, ਪੰਜਾਬ ਦਾ ਬੜਾ ਵਡਬੁੱਲਾ ਗਹਿਣਾ ਤੀਆਂ, ਤੀਆਂ ਦਾ ਮੇਲਾ ਕਰਾਇਆ ਜਾ ਰਿਹਾ। ਇਸ ਮੌਕੇ ਸ਼ਿਰਕਤ ਕੀਤੀ ਹੈ ਸਰਦਾਰ ਬਹਾਦਰ ਸਰਦਾਰ ਕੁਲਜੀਤ ਸਿੰਘ ਜੀ, ਟ੍ਰੈਫਿਕ ਇੰਚਾਰਜ ਜ਼ਿਲ੍ਹਾ ਖੰਨਾ ਪੁਲਿਸ, ਵੈਲਕਮ ਕਰਦੇ ਹਾਂ ਜੀ ਤੁਹਾਡੇ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਪੰਚਾਇਤ ਦਾ ਅਤੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇਸ ਤੀਆਂ ਦੇ ਤਿਉਹਾਰ ਨੂੰ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ, ਅਤੇ ਪਿੰਡ ਵੱਲੋਂ ਹੀ ਬੱਚਿਆਂ ਵੱਲੋਂ ਔਰ ਪਿੰਡ ਦੇ ਜਿਹੜੇ ਆਪਣੇ ਲੇਡੀ ਸਟਾਫ ਆ ਉਹਨਾਂ ਵੱਲੋਂ ਇਹ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ, ਦੇਖ ਕੇ ਬਹੁਤ ਵਧੀਆ ਲੱਗਿਆ। ਇਸ ਤਰ੍ਹਾਂ ਦੇ ਮੇਲੇ ਦੇ ਤਿਉਹਾਰ ਜੋ ਕਿ ਆਪਣੇ ਆਪਾਂ ਦੇਖਦੇ ਹਾਂ ਵੀ ਅਲੋਪ ਹੁੰਦੇ ਜਾ ਰਹੇ ਨੇ, ਇਹਨਾਂ ਨੂੰ ਬਰਕਰਾਰ ਰੱਖਣ ਲਈ ਇਸ ਤਰ੍ਹਾਂ ਦੇ ਜਿਹੜੇ ਮੇਲੇ ਨੇ ਜਾਂ ਤਿਉਹਾਰ ਨੇ ਤੀਆਂ ਦੇ,
ਮਨਾਏ ਜਾਣੇ ਚਾਹੀਦੇ ਨੇ ਅਤੇ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਆਪਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਤਿਉਹਾਰ ਮਨਾਇਆ ਜਾ ਰਿਹਾ। ਇੱਕ ਤੁਹਾਡੇ ਵੱਲੋਂ ਬੜੀ ਵਧੀਆ ਮੁਹਿੰਮ ਚਲਾਈ ਗਈ ਹੈ, ਵੱਖ ਵੱਖ ਤੁਹਾਡੀਆਂ ਚੱਲਦੀਆਂ ਰਹਿੰਦੀਆਂ ਨੇ, ਇੱਕ ਨਾਬਾਲਗਾਂ ਦਾ ਤੁਸੀਂ ਟ੍ਰੈਫਿਕ ਦਾ ਬਹੁਤ ਵਧੀਆ ਸਕੰਜਾ ਕੱਸਿਆ, ਉਹਦੇ ਬਾਰੇ ਵੀ ਨਾਲ ਨਾਲ ਮੈਸੇਜ ਦੇ। ਜੀ ਜੀ, ਚਲੋ ਅੱਜ ਤਾਂ ਅਸੀਂ ਹੋਰ ਮੋਟਿਵ ਲਈ ਹਾਂ, ਇਹ ਵੀ ਨਾਲ ਦੱਸ ਦਿੰਦੇ ਹਾਂ ਕਿ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਅਤੇ ਸਾਡੇ ਮਾਣਯੋਗ ਡੀ ਜੀ ਪੀ ਸਾਹਿਬ ਵੱਲੋਂ ਜਿਹੜੇ ਅੰਡਰ 18 ਜੋ ਬੱਚੇ ਨੇ ਉਹਨਾਂ ਲਈ ਜਿਹੜੀ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਣ 'ਤੇ ਪਾਬੰਦੀ ਲਗਾਈ ਹੈ, ਜਿਹੜੇ ਬੱਚੇ 16 ਤੋਂ 18 ਸਾਲ ਦੇ ਨੇ ਉਹ ਆਪਣਾ ਲਾਇਸੈਂਸ ਬਣਵਾ ਸਕਦੇ ਨੇ, ਔਰ ਉਸ ਲਾਇਸੈਂਸ ਦੇ ਵਿੱਚ ਸਿਰਫ ਜਿਹੜਾ 50 cc ਤੋਂ ਥੱਲੇ ਵਾਲਾ ਵਹੀਕਲ ਆ ਸਿਰਫ ਉਹੀ ਅਲਾਊਡ ਹੈ। ਕਈ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਜਾਂ ਸਕੂਲ ਸਟਾਫ ਨੂੰ ਇਹ ਵਹਿਮ ਆ ਵੀ ਜਿਹੜਾ ਉਹਨਾਂ ਨੇ ਵਿਦਾਊਟ ਗੇਅਰ ਦਾ ਲਾਇਸੈਂਸ ਬਣਾ ਲਿਆ ਵੀ ਉਹਨਾਂ ਨੂੰ ਐਕਟਿਵਾ ਜਾਂ ਹੋਰ ਵਹੀਕਲ ਚਲਾ ਸਕਦੇ ਨੇ। ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਵੀ ਜਿਨ੍ਹਾਂ ਕੋਲ 18 ਸਾਲ ਤੋਂ ਅੰਡਰ ਲਾਇਸੈਂਸ ਬਣੇ ਹੋਏ ਨੇ ਉਹ ਸਿਰਫ ਜਿਹੜਾ 50 cc ਤੋਂ ਥੱਲੇ ਵਾਲਾ ਵਹੀਕਲ ਆ ਜਿਹਦੇ ਵਿੱਚ ਸਿਰਫ ਮੋਪੇਡ ਜਾਂ ਇਲੈਕਟ੍ਰਿਕ ਵਹੀਕਲ ਜਿਹੜਾ ਕਿ ਲੋਅ ਵਿਲਾਸਟੀ ਵਾਲਾ ਅਪ ਟੂ 40 ਦੀ ਸਪੀਡ ਤੱਕ ਸਿਰਫ ਇਹੀ ਕਵਰ ਹੁੰਦਾ ਆ, ਐਕਟਿਵਾ ਜਾਂ ਕੋਈ ਹੋਰ ਵਹੀਕਲ ਮੋਟਰਸਾਈਕਲ ਇਹਦੇ 'ਚ ਕਵਰ ਨਹੀਂ ਹੁੰਦਾ। ਇਸ ਲਈ ਅਸੀਂ ਸਾਰੇ ਬੱਚਿਆਂ ਨੂੰ ਅਤੇ ਸਾਰੇ ਸਕੂਲ ਸਟਾਫ ਨੂੰ ਮਾਪਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜੇਕਰ ਕੋਈ ਵੀ ਬੱਚਾ ਇਸ ਤਰ੍ਹਾਂ ਦਾ 18 ਸਾਲ ਤੋਂ ਥੱਲੇ ਕੋਈ ਵਹੀਕਲ ਚਲਾਉਂਦਾ ਤਾਂ ਉਹ ਨਾ ਚਲਾਵੇ, ਕਿਉਂਕਿ ਇਹਦੇ ਵਿੱਚ ਹੁਣ ਸਜ਼ਾਵਾਂ ਵੀ ਸਖਤ ਕਰ ਦਿੱਤੀਆਂ ਗਈਆਂ ਨੇ, 25,000 ਰੁਪਏ ਜੁਰਮਾਨਾ ਔਰ ਮਾਂ ਪਿਓ ਨੂੰ 3 ਸਾਲ ਦੀ ਸਜ਼ਾ ਜੋ ਕਿ ਇਹਦੇ ਵਿੱਚ ਕਰ ਦਿੱਤੀ ਗਈ ਆ। ਅਸੀਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰਿਆਂ ਨੂੰ ਸੁਝਾਅ ਦੇਣਾ ਚਾਹੁੰਦੇ ਹਾਂ ਵੀ 18 ਸਾਲ ਤੋਂ ਥੱਲੇ ਕੋਈ ਵੀ ਵਹੀਕਲ ਆ ਜੇਕਰ ਚਲਾਉਣਾ ਤਾਂ ਉਹ ਲੋਅ ਵਿਲਾਸਟੀ ਵਾਲਾ ਚਲਾ ਸਕਦਾ ਅਤੇ ਪ੍ਰੋਪਰ ਹੈਲਮਟ ਲਾ ਕੇ ਚਲਾ ਸਕਦਾ। ਇਸ ਤੋਂ ਇਲਾਵਾ ਬਾਕੀ ਦੇ ਵਹੀਕਲ ਚਲਾਉਣ ਦੇ ਉੱਤੇ ਸਾਰਿਆਂ ਨੂੰ ਪਾਬੰਦੀ ਆ, ਸਾਡੇ ਸਾਰਿਆਂ ਨੂੰ ਹਦਾਇਤ ਆ ਵੀ ਇਸ ਤਰ੍ਹਾਂ ਦੇ ਵਹੀਕਲ ਨਾ ਚਲਾਇਆ। ਬਾਕੀ ਕੌਮੀ ਪ੍ਰਧਾਨ ਹਿਊਮਨ ਰਾਈਟਸ ਵੈਲਫੇਅਰ ਰਜਿਸਟਰਡ ਅਮਲੋਰ ਖੰਨਾ ਪੰਜਾਬ ਹਰਿਆਣੇ ਦੇ ਵਿੱਚ ਨਾਮ ਹੈ, ਸਤਿਕਾਰਯੋਗ ਵੈਲਕਮ ਜੀ, ਅੱਜ ਦੇ ਤੀਆਂ ਦੇ ਪ੍ਰੋਗਰਾਮ ਬਾਰੇ ਤੁਹਾਡੇ ਵੱਲੋਂ ਚੰਦ ਸ਼ਬਦ ਹੋਏ ਨੇ ਸਰਪੰਚ ਸਾਹਿਬ ਜੀ ਨੇ। ਸਭ ਤੋਂ ਪਹਿਲਾਂ PB26 ਨਿਊਜ਼ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਆ ਕੇ ਰੌਣਕਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ, ਅਤੇ ਉਹਦੇ ਨਾਲ ਨਾਲ ਮੈਂ ਪਿੰਡ ਕਲਾਲ ਮਾਜਰੀ ਦੀ ਪੰਚਾਇਤ ਅਤੇ ਸਮੂਹ ਨਿਵਾਸੀ ਅਤੇ ਹਿਊਮਨ ਰਾਈਟਸ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਭਾਰਤ ਦੀ ਟੀਮ ਨੂੰ ਮੈਂ ਲੱਖ ਲੱਖ ਮੁਬਾਰਕਾਂ ਦੇਵਾਂਗਾ ਜਿਨ੍ਹਾਂ ਨੇ ਅੱਜ ਇੱਥੇ ਇਕੱਠੇ ਹੋ ਕੇ ਬਹੁਤ ਵੱਡੀਆਂ ਰੌਣਕਾਂ ਨੇ ਜਿਹੜੀਆਂ ਕਿ ਪੈਦਾ ਕੀਤੀਆਂ ਨੇ, ਕਿਉਂਕਿ ਅੱਜ ਅਸੀਂ ਮੁੱਖ ਜਿਹੜਾ ਕਿ ਵਿਸ਼ਾ ਰੱਖਿਆ ਸੀਗਾ ਵੀ ਸਾਡੇ ਲੋਕ ਸਾਡੇ ਸਮਾਜ ਆ ਜਿਹੜਾ ਸਾਡੀਆਂ ਧੀਆਂ ਭੈਣਾਂ ਨੇ ਭਾਵੇਂ ਨੌਜਵਾਨ ਵੀਰ ਨੇ ਉਹ ਪੰਜਾਬੀ ਵਿਰਸਾ ਭੁੱਲਦੇ ਜਾ ਰਹੇ ਨੇ, ਉਸ ਨੂੰ ਤਾਜ਼ਾ ਕਰਨ ਵਾਸਤੇ ਯਾਦ ਕਰਾਉਣ ਵਾਸਤੇ ਅੱਜ ਪੁਰਾਣੇ ਜਿਹੜੇ ਬੋਰਡ ਨੇ ਕਹਿੰਦੇ ਵੀ 100 ਸਾਲ ਪੁਰਾਣਾ ਉਸ ਜਗ੍ਹਾ 'ਤੇ ਆ ਕੇ ਅਸੀਂ ਅੱਜ ਰੌਣਕਾਂ ਲਾਈਆਂ ਨੇ, ਕਿਉਂਕਿ ਇਹਦੇ ਵਿੱਚ ਸਹਿਯੋਗ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਪ੍ਰਧਾਨ ਸਰਦਾਰ ਸਤਵਿੰਦਰ ਸਿੰਘ ਹੈਪੀ ਜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਇੱਥੇ ਸਾਡੇ ਨਾਲ ਖੜ੍ਹ ਕੇ ਅੱਡੀ ਚੁੱਟੀ ਦਾ ਜੋਰ ਲਾਇਆ। ਮੈਂ ਇਹੀ ਕਹਾਂਗਾ ਸਮੂਹ ਵਾਸੀਆਂ ਨੂੰ ਸਾਡੇ ਪੰਜਾਬੀ ਵੀਰਾਂ ਨੂੰ ਵੀ ਤੁਸੀਂ ਕਦੇ ਵੀ ਤੀਆਂ ਮਨਾਉਣੀਆਂ ਨੇ ਬਰੋਟਿਆਂ ਅਤੇ ਪਿੰਡਾਂ ਦੇ ਵਿੱਚ ਮਨਾਓ। ਸਾਨੂੰ ਵੀ ਲੋਕ ਕਹਿੰਦੇ ਸੀ ਤੁਸੀਂ ਪੈਲਸ ਦੇਖੋ ਗਰਮੀ ਬਹੁਤ ਆ, ਅਸੀਂ ਕਿਹਾ ਵੀ ਅਸੀਂ ਲੇਟ ਕਰ ਲਾਂਗੇ ਪਰ ਪੈਲਸਾਂ ਦੇ ਵਿੱਚ ਤੀਆਂ ਨਹੀਂ ਮਨਾਈਆਂ ਜਾਂਦੀਆਂ, ਤੀਆਂ ਉੱਥੇ ਮਨਾਈਆਂ ਜਾਂਦੀਆਂ ਨੇ ਜਿੱਥੇ ਪੁਰਾਣਾ ਵਿਰਸਾ ਹੋਵੇ ਅਤੇ ਪੁਰਾਣਾ ਪਹਿਰਾਵਾ ਹੋਵੇ, ਸਾਡੇ ਪਿੰਡ ਦੇ ਲੋਕ ਹੋਣ, ਅਸੀਂ ਪਿੰਡਾਂ ਦੇ ਹਾਂ, ਪਿੰਡਾਂ ਦੇ ਵਿੱਚ ਇਹ ਪ੍ਰੋਗਰਾਮ ਮਨਾਉਣੇ ਚਾਹੀਦੇ ਹਾਂ। ਇਸ ਕਰਕੇ ਅਸੀਂ ਹਰ ਸਾਲ ਦੀ ਤਰ੍ਹਾਂ ਬੜਾ ਵਧੀਆ ਤਰੀਕੇ ਦੇ ਨਾਲ ਗਿੱਧੇ ਭੰਗੜੇ ਸੱਭਿਆਚਾਰਕ ਸਾਡੇ ਕਲਾਕਾਰ ਗੁਰਮੀਤ ਮਾਨ ਜਿਨ੍ਹਾਂ ਨੇ ਤੁਹਾਨੂੰ ਗਾ ਕੇ ਸਾਰਿਆਂ ਨੂੰ ਬੜਾ ਵਧੀਆ ਲਾਈਨਾਂ ਗਾਈਆਂ ਨੇ, ਬੜਾ ਵਧੀਆ ਇੱਦਾਂ ਦੀ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਰਦਾਰ ਗੁਰਦੀਪ ਸਿੰਘ ਮਦਨ ਜੀ, ਕੌਮੀ ਪ੍ਰਧਾਨ
ਔਰ ਸਾਡੇ ਨਾਲ ਮੌਜੂਦ ਨੇ ਸੁਖਵਿੰਦਰ ਸਿੰਘ ਜੀ। ਤੋਂ ਪਹਿਲਾਂ ਪੀਯੂਸ਼ ਛੱਬੀ ਦਾ ਮੈਂ ਧੰਨਵਾਦ ਕਰਦਾ ਜਿਹਨੇ ਸਾਡੇ ਪਿੰਡ ਆ ਕੇ ਇੱਥੇ ਕਵਰੇਜ ਕੀਤਾ ਜੀ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹਨਾਂ ਦੀ ਅਗਵਾਈ ਹੇਠ ਅਸੀਂ ਹੌਸਲਾ ਕਰਕੇ ਪਿੰਡ ਦੇ ਸਾਰੇ ਸਮੁੱਚੀ ਟੀਮ ਨੇ ਅਤੇ ਮੱਲਾ ਮਾਰਿਆ ਅਤੇ ਸਾਰਿਆਂ ਦਾ ਧੰਨਵਾਦ।